ਟਰਲ ਸਾਬ ਝੋਨੇ ਦੀ ਆਮਦ ਹੋਣੀ ਸ਼ੁਰੂ ਹੋ ਗਈ ਹੈ ਮੰਡੀਆਂ ਦੇ ਵਿੱਚ ਤੇ ਅੰਬਾਰ ਵੀ ਲੱਗ ਚੁੱਕੇ ਨੇ ਪਰ ਝੋਨੇ ਦੀ ਲਿਫਟਿੰਗ ਨਹੀਂ ਹੋ ਰਹੀ ਕਿਸਾਨ ਪਰੇਸ਼ਾਨ ਨੇ ਆੜਤੀਏ ਸ਼ੈਲਰ ਮਾਲਕ ਕਿਸਾਨ ਇੱਕੋ ਰਾਤੇ ਤੁਰਦੇ ਨਜ਼ਰ ਆ ਰਹੇ ਨੇ ਸੰਘਰਸ਼ ਕੀਤਾ ਜਾ ਰਿਹਾ ਹੈ ਜਦ ਕਿ ਕੇਂਦਰ ਸਰਕਾਰ ਦੇ ਉੱਤੇ ਜ਼ਿੰਮੇਵਾਰੀ ਪਾਈ ਜਾ ਰਹੀ ਹੈ ਕਿ ਉਹ ਹੀ ਅੱਗੇ ਲੈ ਕੇ ਜਾਣਗੇ ਸ਼ੈਲਰਾਂ 'ਚੋਂ ਝੋਨਲਾ ਸ਼ੈਲਰ ਖਾਲੀ ਹੋਣਗੇ ਤਾਂ ਹੀ ਅਗਲੀ ਜਿਹੜੀ ਆ ਉਹ ਸਟੋਰੇਜ ਹੋ ਸਕੇਗੀ ਪਰ ਹੁਣ ਹਰਿਆਣੇ ਦੇ ਨਾਲ ਲੱਗਦੀਆਂ ਹੱਦਾਂ ਦੇ ਉੱਤੇ ਰਹਿਣ ਵਾਲੇ ਪਿੰਡਾਂ ਦੇ ਜਿਹੜੇ ਕਿਸਾਨ ਨੇ ਉਹਨਾਂ ਨੇ ਨਵਾਂ ਹੱਲ ਲੱਭ ਲਿਆ ਹੈ ਉਹ ਝੋਨਾ ਆਪਣਾ ਹਰਿਆਣੇ ਦੀਆਂ ਮੰਡੀਆਂ ਦੇ ਵਿੱਚ ਲਿਜਾਣ ਲੱਗ ਪਏ ਨੇ ਯਾਨੀ ਕਿ ਪੰਜਾਬ ਦਾ ਝੋਨਾ ਪੰਜਾਬ ਦੇ ਵਿੱਚ ਸਹੀ ਤਰੀਕੇ ਨਾਲ ਨਹੀਂ ਵਿਕ ਰਿਹਾ ਤੇ ਹੁਣ ਹਰਿਆਣੇ ਦੇ ਵਿੱਚ ਪੰਜਾਬ ਦਾ ਝੋਨਾ ਵਿਕਦਾ ਹੋਇਆ ਨਜ਼ਰ ਆ ਰਿਹਾ ਹੈ ਕਿਸਾਨ ਇੱਕ ਤਰੀਕੇ ਦੇ ਨਾਲ ਪਰੇਸ਼ਾਨ ਨੇ ਤੇ ਉਹਨਾਂ ਨੇ ਤਾਂ ਹੀ ਇਹ ਰਾਹ ਅਪਣਾਇਆ ਜੀ ਤਰਵਿੰਦਰ ਜਿਹੜੇ ਪਿੰਡ ਸਾਡੇ ਇਲਾਕੇ ਹਰਿਆਣਾ ਅਧਾਰਤਾਂ ਦੇ ਨਾਲ ਲੱਗਦੇ ਆ ਉਹਨਾਂ ਨੂੰ ਜਾਣਾ ਵੀ ਸੌਖਾ ਹੈ। ਹੂੰ। ਇਹਦੇ ਨਾਲ ਨੁਕਸਾਨ ਇੱਥੋਂ ਦੇ ਛੈਲਰ ਮਾਲਕਾਂ ਦਾ ਵੀ ਹੋਏਗਾ। ਉਹਨਾਂ ਨੂੰ ਛਡਾਈ ਲਈ ਘੱਟ ਮਿਲੇਗਾ। ਹੂੰ। ਆੜਤਿਆਂ ਨੂੰ ਆੜਤ ਨਹੀਂ ਮਿਲੇਗੀ। ਉਹਨਾਂ ਦਾ ਵੀ ਨੁਕਸਾਨ ਹੋਏਗਾ। ਪਤਾ ਲੱਗਿਆ ਕਿ ਇਹ ਜਿਹੜੇ ਹਰਿਆਣੇ ਦੇ ਨਾਲ ਲੱਗਦੇ ਪਿੰਡ ਨੇ ਉਹਨਾਂ ਦੇ ਵਿੱਚ ਤੇਜ਼ੀ ਦੇ ਨਾਲ ਇਹ ਝੋਨਾ ਜਾਣ ਲੱਗ ਗਿਆ। ਉੱਥੇ ਕੋਈ ਰੋਕ ਟੋਕ ਨਹੀਂ। ਪਹਿਲੀ ਗੱਲ ਜਿਹੜੇ ਹਰਿਆਣੇ ਦੇ ਇਹ ਇਲਾਕੇ ਨੇ ਉੱਥੋਂ ਕਹਿੰਦੇ ਤਰਵਿੰਦਰ ਚੱਕ ਲਿਆ ਉੱਥੋਂ ਤਾਂ ਜਿਹੜਾ ਚਾਵਲ ਸੀਗਾ ਇਹਦਾ ਮਤਲਬ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਤੇ ਜਿਹੜੀਆਂ ਗੈਰ ਭਾਜਪਾਈ ਸਰਕਾਰਾਂ ਨੇ ਉੱਥੇ ਇਹ ਵਾਹਮ ਰੋੜਦੇ ਨੇ ਜੀ ਇਹ ਇਲਾਕਾ ਹੈਗਾ ਜੀ ਲਾਲੜੂ ਸਮਾਣੇ ਦਾ ਖੇਤਰ ਡੇਰਾ ਬਸੀ ਇਹਨਾਂ ਨੇ ਕਪੂਰੀ ਕਨੌਰ ਇਹ ਸਾਰੇ ਇਲਾਕਿਆਂ ਦੇ ਵਿੱਚੋਂ ਤੀਜੀ ਨਾਲ ਚੋਣਾ ਹਰਿਆਣੇ ਦੇ ਮਟ ਗਿਆ ਅਚਾ ਹਰਿਆਣੇ ਵਾਲੇ ਸੇਵਾ ਸੂਭਾ ਹੀ ਬਹੁਤ ਕਰਦੇ ਆ ਉੱਥੋਂ ਦੇ ਆਰਥ ਗਏ ਹਮ ਉਹਨਾਂ ਦਾ ਵੀ ਜਿਹੜਾ ਹੈਗਾ 2.5% ਦੇ ਹਿਸਾਬ ਨਾਲ ਉਹਨਾਂ ਨੂੰ ਵੀ ਚਾਰ ਪੈਸੇ ਵੱਧ ਮਿਲ ਰਹੇ ਨੇ ਤੇ ਪੰਜਾਬ ਦੀ ਸਰਕਾਰ ਨੂੰ ਇਹਨਾਂ ਚੀਜ਼ਾਂ ਨੂੰ ਦੇਖਣਾ ਚਾਹੀਦਾ ਕੇਂਦਰ ਦੇ ਨਾਲ ਹੁਣ ਸਾਡੇ ਮੁੱਖ ਮੰਤਰੀ ਜਾ ਕੇ ਆਏ ਨੇ ਪ੍ਰਲਾਦ ਜੋਸ਼ੀ ਕੇਂਦਰੀ ਮੰਤਰੀ ਨੇ ਹਮ ਤੇ ਕਹਿੰਦੇ 31 ਮਾਰਚ ਤੱਕ ਪੰਜਾਬ ਦੇ ਛੱਲ ਰਜ ਪਿਆ ਜਿਹੜਾ 40 ਲੱਖ ਮੀਟਰ ਕਟਨ ਚੌਲ ਹੈ ਉਹ ਅਸੀਂ ਚੱਕਦੇ ਹਾਂਗੇ ਜੀ ਇਹ ਪਹਿਲਾਂ ਕਿਉਂ ਨਾ ਜਾਗੇ ਨਾ ਕੇਂਦਰ ਵਾਲੇ ਜਾਗੇ ਤੇ ਦਾ ਸੂਬੇ ਵਾਲੇ ਜਾਗੇ ਤੇ ਗਵਰਨਮੈਂਟ ਦਾ ਕੰਮ ਕੀ ਹੁੰਦਾ ਮਿੰਟ-ਮਿੰਟ ਤੇ ਗੌਰ ਕਰਨਾ ਤੇ ਜੇ ਤੁਹਾਡੀ ਸਰਕਾਰ ਦੇ ਵਿੱਚ ਸਮੱਸਿਆਵਾਂ ਵੱਧ ਪੈਦਾ ਹੋ ਰੀਆਂ ਹੋਣ ਤੇ ਫਿਰ ਤੁਸੀਂ ਕਰੋਗੇ ਕੀ ਸਭ ਦੇ ਸਾਹਮਣੇ ਜੀ ਬਿਲਕੁਲ ਜੀ ਤੇ ਵੈਸੇ ਟਿਲੋ ਸਾਹਿਬ ਪਿਛਲੇ ਸਮੇਂ ਦੇ ਦੌਰਾਨ ਜਦੋਂ ਦੂਜੇ ਸੂਬਿਆਂ ਦਾ ਝੋਨਾ ਪੰਜਾਬ ਦੇ ਵਿੱਚ ਆਉਂਦਾ ਸੀਗਾ ਵਿਕਣ ਵਾਸਤੇ ਤਾਂ ਉਦੋਂ ਕਿਸਾਨ ਜਥੇਬੰਦੀਆਂ ਕੀਰਾਬੰਦੀ ਕਰਦੀਆਂ ਸੀ ਨਾਕਾਬੰਦੀ ਕੀਤੀ ਜਾਂਦੀ ਸੀ ਕਿ ਇੱਥੇ ਜਿਹੜਾ ਉਧਰੋਂ ਸਸਤਾ ਲਿਆ ਕੇ ਇੱਧਰ ਮਹਿੰਗੇ ਭਾਅ ਦਾ ਝੋਨਾ ਵੇਚਿਆ ਜਾਂਦਾ ਹੈ ਪਰ ਹੁਣ ਸਵਾਲ ਇਹ ਹੈ ਕਿ ਜਦੋਂ ਪੰਜਾਬ ਦੇ ਵਿੱਚ ਇਦਾਂ ਹੋ ਰਿਹਾ ਹੈ ਹਰਿਆਣੇ ਵੱਲ ਨੂੰ ਪੰਜਾਬ ਦੇ ਕਿਸਾਨ ਜਾ ਰਹੇ ਆ ਤਾਂ ਉਧਰ ਕੌਣ ਨਾਕੇ ਲਗਾਏਗਾ ਜਾਂ ਫਿਰ ਕਿਸ ਤਰ੍ਹਾਂ ਦੇ ਨਾਲ ਇਹ ਸਾਰਾ ਕੁਝ ਹੋਵੇਗਾ ਸੋ ਇਹ ਵੀ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਜੀ ਉੱਥੇ ਕਿਸਾਨ ਆ ਇਹ ਕਹਿੰਦੇ ਨੇ ਹੂੰ ਕਿ ਕਿਸਾਨ ਦਾ ਝੋਨਾ ਤਾਂ ਵਿਕ ਰਿਹਾ ਹੂੰ ਕੋਈ ਸਮੱਸਿਆ ਨਹੀਂ ਆ ਰਹੀ ਪਰ ਇਹ ਕੋਈ ਨਹੀਂ ਵੇਖਦਾ ਕਿ ਉੱਥੇ ਲੈ ਜਾਣ ਵਾਸਤੇ ਜਿਹੜਾ ਟਰਾਂਸਪੋਰਟੇਸ਼ਨ ਤੇ ਖਰਚ ਹੋ ਰਿਹਾ ਉਹ ਤਾਂ ਕਿਸਾਨ ਦਾ ਹੋ ਰਿਹਾ ਹੂੰ ਇਹ ਤੇ ਗੱਲ ਹੈ ਕਈ ਚੀਜ਼ਾਂ ਦੇ ਉੱਤੇ ਇਹ ਜਿਹੜੀਆਂ ਕਿਸਾਨ ਜਥੇਬੰਦੀਆਂ ਇਹਨਾਂ ਤੇ ਵੀ ਸਵਾਲ ਉੱਠਦੇ ਆ ਅੱਜ ਤੱਕ ਕਿੰਨੇ ਕਿਸਾਨ ਜਥੇਬੰਦੀਆਂ ਨੇ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਕਿ ਭਾਈ ਪਰਾਲੀ ਸਾੜਨ ਦੇ ਨੁਕਸਾਨ ਕੀ ਨੇ ਉਲਟਾ ਝੰਡੇ ਲੈ ਕੇ ਤੁਰ ਪੈਣਗੇ ਤੁਲਾਗ ਦੇਖਦੇ ਆ ਤੈਨੂੰ ਕੌਣ ਰੋਕਦਾ ਕਿ ਕਈ ਥਾਵਾਂ ਦੇ ਉੱਤੇ ਜਿਹੜੇ ਪਰਾਲੀ ਪ੍ਰਬੰਧਨ ਦੇ ਅਫਸਰ ਨੇ ਉਹਨਾਂ ਨੂੰ ਬੰਦਕ ਬਣਾ ਲੈਂਦੇ ਨੇ ਕੋਈ ਕਾਰਵਾਈ ਹੋਈ ਕਿਸਤੇ ਜੇ ਕਾਰਵਾਈ ਹੋਊਗੀ ਫਿਰ ਝੰਡੇ ਚੱਕ ਕੇ ਫਿਰ ਉਹਦਾ ਘਰਾਓ ਕਰਨ ਤੁਰ ਪੈਣਗੇ ਜਿਹੜੇ ਲੋਕ ਚੋਣਾ ਪ੍ਰਬੰਧ ਕਰਕੇ ਧੂਆ ਨਹੀਂ ਲਾਉਂਦੇ ਅੱਗ ਨਹੀਂ 라ਉਂਦੇ ਧੂਆ ਪੈਦਾ ਨਹੀਂ ਹੁੰਦਾ ਉਹਨਾਂ ਨੂੰ ਸਰਕਾਰਾਂ ਉਤਸ਼ਾਹਤ ਕਰਨ ਭਾਵੇਂ ਕਿਲੇ ਦਾ 5-5 ਸੂਈ ਦੇ ਦੇਣਾ ਬੰਦੇ ਦੇ 10 ਕਿਲੇ ਨੇ ਉਹਨੂੰ 5000 ਮਿਲ ਗਿਆ ਉਹਦਾ ਇੱਕ ਬਹੁਤ ਵਧੀਆ ਖਰਚ ਉਹਦੇ ਚ ਕਵਰ ਹੋ ਸਕਦਾ ਹੈ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ ਕਿ ਬਦਲਮੀਆਂ ਫਸਲਾਂ ਕਿਹੜੀਆਂ ਲਾਈਏ ਸਰਕਾਰਾਂ ਨਾਲ ਗੱਲ ਕਰੋ ਕਿ ਜਦ ਸਾਨੂੰ ਬਦਲੀਆਂ ਫਸਲਾਂ ਦਾ ਮੰਡੀਕਰਨ ਕਰਕੇ ਦਿਓ ਤੇ ਅਸੀਂ ਕੀ ਕਰਾਉਣਾ ਝੋਨਾ ਕਰ ਗਿਆ ਚੀਚਾ ਬੱਕ ਬੱਕ ਪਤਰ ਦੇ ਉੱਤੇ ਮਿਲ ਬੈਠ ਕੇ ਬਾਬਾ ਨਾਨਕ ਨੇ ਕਿਹਾ ਸਿਰਫ ਸੰਵਾਦ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲੈ ਬਲਾਏ ਕਿਸਾਨ ਜੱਥੇਬੰਦੀਆਂ ਵੀ ਕਿਸਾਨ ਵੀ ਛੈਲਰ ਵਾਲੇ ਵੀ ਸਰਕਾਰਾਂ ਦੇ ਬੰਦੇ ਵੀ ਜਦ ਤੱਕ ਤੁਸੀਂ ਮਿਲ ਸਿਰ ਜੋੜ ਕੇ ਬੈਠੋਗੇ ਨਹੀਂ ਮਸਲੇ ਦਾ ਹੱਲ ਨਹੀਂ ਨਿਕਲਦਾ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ, ਕਿਹਦੇ ਤੇ ਜ਼ਬਰ। ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ, ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ। ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ